बीज दो ओही उगा देंदी है। सो आने दिन तुहानूं पुछ के इस करके असी कोई एक रैली नहीं की, अलग अलग स्टाल इस करके लाए ने ਅਸੀਂ ਇਹ ਸੋਚਿਆ ਵੀ ਅਸੀਂ ਅਲੱਗ ਅਲੱਗ ਜਿਹੜੇ ਸਪੈਸ਼ਲਿਸਟ ਨੇ ਉਹ ਅਲੱਗ ਅਲੱਗ ਸਟਾਲਾਂ ਚ ਬਿਠਾਵਾਂਗੇ, ਉੱਥੇ ਅਲੱਗ ਅਲੱਗ ਹੀ ਹੋਣ। ਇਹ ਤੋਂ ਪਹਿਲਾਂ ਤਾਂ ਨਹੀਂ ਕਦੇ ਤਾਂ ਹੋਇਆ, ਸਰਕਾਰ ਇਹਨਾਂ ਨੇੜੇ ਆਈ ਨੀ। ਦੂਰੋਂ ਦੂਰੋਂ ਕਹਿੰਦੇ ਰਹੇ ਹਾਂਜੀ ਕਰ ਦਿਆਂਗੇ ਜੀ, ਮੁਆਵਜ਼ਾ ਦੇ ਦਾਂਗੇ ਜੀ, ਜੇ ਮਰ ਗਏ ਅਸੀਂ ਕਰੀਏ ਜੀ। ਅਸੀਂ ਕਹਿੰਦੇ ਹਾਂ ਕਿ ਤੁਸੀਂ ਦੱਸੋ ਤੁਹਾਨੂੰ ਨਹਿਰੀ ਪਾਣੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਚਾਹੀਦਾ, ਤੁਹਾਨੂੰ ਬਿਜਲੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚਾਹੀਦੀ ਹੈ, ਤੁਹਾਨੂੰ ਸਮੱਸਿਆਵਾਂ ਮਾਰਕੀਟਿੰਗ ਵੇਲੇ ਕੀ ਕੀ ਆਉਂਦੀਆਂ ਨੇ। ਇੱਥੇ ਬੈਠੇ ਨੇ ਐਕਸਪਰਟ ਸਾਡੇ, ਤੁਸੀਂ ਲਿਖਾ ਦਿਓ ਕੱਲਾ ਕੱਲਾ ਸੁਝਾਅ, ਕਿਉਂਕਿ ਜਿੱਥੇ ਸਮੱਸਿਆ ਉੱਥੇ ਹੱਲ ਹੈ। ਹੱਲ ਵੀ ਤੁਸੀਂ ਦੱਸੋਗੇ ਵੀ ਹੱਲ ਕੀ, ਤੁਸੀਂ ਕਹੋਗੇ ਜੀ ਐਂ ਕਰਕੇ ਇਹਦੀ ਬਜਾਏ ਐਂ ਕਰ ਦੇ, ਉਹ ਹੱਲ ਹੋ ਜਾਂਦਾ ਜੀ। ਕਿਉਂਕਿ ਹੋ ਸਕਦਾ ਸਾਰਾ ਕੁਛ ਮੈਨੂੰ ਵੀ ਨਾ ਪਤਾ ਹੋਵੇ, ਤੁਹਾਨੂੰ ਜਾਇਜ਼ ਪਤਾ, ਤੁਸੀਂ ਗਰਾਊਂਡ ਤੇ ਰਹਿੰਦੇ। ਤੇ ਉਹ ਸੁਜੈਸ਼ਨ ਸੁਝਾਅ ਸਾਰੇ ਫੋਨ ਨੰਬਰ ਸਮੇਤ ਦੇ ਕੇ ਜਾਇਓ, ਤੁਹਾਨੂੰ ਕੱਲ ਤੋਂ ਫੋਨ ਆਉਣਗੇ ਕਿ ਤੁਸੀਂ ਆਹ ਕੱਲ ਸੁਝਾਅ ਦੇ ਕੇ ਗਏ, ਇਸਦੇ ਵਾਸਤੇ ਆਹ ਹੱਲ ਹੈ। ਹੋ ਸਕਦਾ ਤੁਹਾਨੂੰ ਅਸੀਂ ਜਦੋਂ ਵੀ ਕਿਸੇ ਫਸਲ ਦਾ ਜਿਹੜਾ ਬਿਜਾਈ ਦਾ ਟਾਈਮ ਹੈ ਉਹ ਤੋਂ ਮਹੀਨਾ ਪਹਿਲਾਂ ਫੇਰ ਬੁਲਾ ਲਈਏ ਕਿ ਤੁਸੀਂ ਆ ਕੇ ਦੱਸੋ ਹੁਣ ਬਿਜਾਈ ਦਾ ਟਾਈਮ ਆ ਗਿਆ, ਕੋਈ ਹੋਰ ਨਾ ਗਲਤੀ ਕਰ ਬੈਠੀਏ। ਜਿਵੇਂ ਨਰਮੇ ਦੇ ਵਿੱਚ ਹੋ ਗਈ ਕਿ ਪਹਿਲਾਂ ਚਿੱਟੀ ਸੁੰਡੀ ਖਾ ਗਈ ਫਿਰ ਗੁਲਾਬੀ ਸੁੰਡੀ ਲਾ ਗਈ, ਕਾਰਨ ਨੀ ਕਿਸੇ ਨੇ ਲੱਗਿਆ, ਕਿਸਮਤ ਚ ਮੰਨ ਲਿਆ ਵੀ ਸਾਡੀ ਕਿਸਮਤ ਖਰਾਬ ਸੀ ਨਾ, ਕਿਸਮਤ ਕੋਈ ਨੀ ਖਰਾਬ ਸੀ। ਅੱਜ ਕੱਲ ਕੰਪਿਊਟਰ ਲਿਖਦਾ ਕਿਸਮਤਾਂ, ਸੋ ਜੇ ਥੋੜਾ ਜਿਹਾ ਟੈਕਨੀਕ ਲਾ ਦੀਏ ਵਿੱਚ ਤਾਂ ਇਹੀ ਫਰੂਟ ਇਹੀ ਨਰਮਾ ਇਹੀ ਬਾਸਮਤੀ ਦੁਨੀਆ ਉਡੀਕੀ ਜਾਂਦੀ ਹੈ ਵੀ ਪੰਜਾਬ ਤੋਂ ਕੋਈ ਚੀਜ਼ ਆ ਜੇ, ਪਰ ਬਦਕਿਸਮਤੀ ਇਹ ਹੈ ਕਿ ਸਾਡੇ ਕੋਈ ਪ੍ਰੋਸੈਸਿੰਗ ਦੇ ਪਲਾਂਟ ਹੈ ਨੀ, ਇੱਕ ਵੀ ਨੀ ਹੈਗਾ। ਸਾਡੀ ਸਬਜ਼ੀ ਜਾਂਦੀ ਹੈ ਆਜ਼ਾਦਪੁਰ ਮੰਡੀ ਚ, ਅਸੀਂ ਜੇ ਕਿਤੇ ਪ੍ਰੋਸੈਸਿੰਗ ਕਰ ਲਈ ਉਹਦੀ ਤਾਂ ਉਹਦਾ ਦੁੱਗਣਾ ਤਿੱਗਣਾ ਚੌਗਣਾ ਉਹਦਾ ਜਿਹੜਾ ਫਾਇਦਾ ਕਿਸਾਨ ਨੂੰ ਹੋਊਗਾ। ਸਾਡਾ ਮਕਸਦ ਕੋਈ ਵਿਚਾਲੇ ਕੋਈ ਵਿਚੋਲੀਆ ਨਹੀਂ ਪਾਉਣਾ ਜਿਹੜਾ ਤੁਹਾਡਾ ਮਾਰਜਿਨ ਖਾਵੇ, ਸਾਡਾ ਮਕਸਦ ਹੈ ਸਰਕਾਰ ਕਿਸਾਨ ਮਿਲਦੀ। ਨਾਲੇ ਪਹਿਲੀ ਕਿਉਂ ਲਿਖਿਆ ਹੈ ਹੀ, ਪਹਿਲਾਂ ਕੀਤੀ ਨੀ ਗੱਲ, ਪਹਿਲਾਂ ਕਿਸੇ ਨੇ ਗੱਲ ਕੀਤੀ ਹੈ। ਸੋ ਇਸ ਕਰਕੇ ਅਸੀਂ ਇਹ ਸੋਚਿਆ ਕਿ ਅਸੀਂ ਸਾਰਿਆਂ ਨੂੰ ਪੰਜਾਬ ਦੀ ਖੇਤੀਬਾੜੀ ਦੀ, ਕੋਈ ਮੁੰਡਾ ਕਹਿੰਦਾ ਜੀ ਰਾਤ ਦੇ 12 ਵਜੇ ਜਿਹੜੀ ਬਿਜਲੀ ਦਿੰਦੇ ਹੋ ਤੇ ਸਵੇਰ ਦੇ 5 ਵਜੇ ਦੇ ਦੋ, ਅਸੀਂ ਸੌਂ ਵੀ ਲਾਵਾਂਗੇ ਥੋੜਾ ਜਿਹਾ, 12 ਵਜੇ ਤੋਂ ਪਹਿਲਾਂ ਨਾ ਸੌ ਸਕਦੇ ਨਾ 12 ਵਜੇ ਤੋਂ ਬਾਅਦ ਸੌ ਸਕਦੇ ਵੱਢਣ ਵੇਲੇ। ਸੋ ਬਾਕੀ ਪਾਈਪਾਂ ਦਾ ਸਾਰੇ ਪੰਜਾਬ ਚ ਜਾਲ ਵਿਛਾਉਣਾ ਅੰਡਰਗਰਾਊਂਡ ਦਾ, ਜਿੱਥੇ ਕੱਸੀਆਂ ਸੀ ਪਹਿਲਾਂ ਉਹ ਢਹਿ ਗਈਆਂ ਬਾਹਲੀਆਂ, ਤੇ ਪਹਿਲਾਂ 10% ਸਰਕਾਰ ਦਿੰਦੀ ਹੁੰਦੀ ਸੀ, 90% ਗੌਰਮੈਂਟ ਦਾ ਹੁੰਦਾ ਸੀ ਹਿੱਸਾ, 10% ਪੰਚਾਇਤ ਦਾ ਹੁੰਦਾ ਸੀ। ਜੇ 1 ਕਰੋੜ ਦਾ ਪ੍ਰੋਜੈਕਟ ਕਈ ਪੰਚਾਇਤਾਂ ਕੋਲ 10 ਲੱਖ ਹੀ ਹੁੰਦਾ ਸੀ, ਉਹ 10 ਲੱਖ ਕਰਕੇ 90 ਲੱਖ ਮੁੜ ਜਾਂਦਾ ਸੀ। ਅਸੀਂ ਹੁਣ ਫੈਸਲਾ ਕਰ ਲਿਆ ਕੈਬਨਿਟ ਦੇ ਵਿੱਚ ਕਿ ਕੋਈ ਪੈਸਾ ਨੀ ਪੰਚਾਇਤ ਤੋਂ ਰਹਿਣਾ, 100% ਸਰਕਾਰ ਦੇਊਗੀ। ਅਸੀਂ ਪਾਈਪਾਂ ਪਾਵਾਂਗੇ ਸਾਰੇ, ਜਿੱਥੇ ਪਹਿਲਾਂ ਨੱਕੇ ਹੁੰਦੇ ਸੀ ਉੱਥੇ ਹੁਣ ਪੁਆਇੰਟ ਛੱਡ ਦਾਂਗੇ, ਪਾਣੀ ਪੂਰਾ ਆਊਗਾ। ਤੇ ਜਿਹੜੇ ਨਾਲੇ ਸੂਏ ਕੱਸੀਆਂ ਦੁਬਾਰੇ ਲਿਆਉਣੀਆਂ ਨੇ, ਪਤਾ ਨੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਮਤਲਬ ਅਸੀਂ ਛੋਟੇ ਹੁੰਦੇ ਕੱਸੀਆਂ ਚ ਨਹਾਉਂਦੇ ਰਹੇ ਹਾਂ, ਹੁਣ ਕੱਸੀ ਹੈ ਨੀ। 14 ਲੱਖ ਟਿਊਬਵੈਲ ਹੋ ਗਏ, ਜੇ ਕਿਤੇ ਅਸੀਂ ਆਪਣਾ ਨਹਿਰੀ ਸਿਸਟਮ 34% ਇਸ ਵਕਤ ਪਾਣੀ ਵਰਤ ਰਿਹਾ ਪੰਜਾਬ ਆਪਦਾ, ਰਾਜਸਥਾਨ 86% ਵਰਤ ਹੈ। ਜੇ ਅਸੀਂ 34 ਨੂੰ ਦੁੱਗਣਾ ਕਰ ਲਈਏ 70 ਹੋ ਜਾਈਏ, 70 ਨਾਲ ਵੀ ਆਪਣੇ ਅੱਧੇ ਟਿਊਬਵੈਲ ਜਿਹੜੇ ਨੇ ਉਹ ਬੰਦ ਕਰਨੇ ਪੈਣਗੇ, ਧਰਤੀ ਚ ਪਾਣੀ ਬਚ ਜੂਗਾ। ਸੋ ਇਸ ਕਰਕੇ ਆਪਾਂ ਨਾਲ ਨਾਲ ਅਗਲੀ ਪੀੜੀ ਵਾਸਤੇ ਪਾਣੀ ਵੀ ਛੱਡ ਕੇ ਜਾਣਾ, ਕੱਲਾ ਇਹ ਨੀ ਹੈਗਾ ਵੀ ਆਪਾਂ ਨੇ ਕੀ ਲੈਣਾ, ਸਾਰਾ ਕੁਝ ਗੌਰਮੈਂਟ ਹੀ ਕਰੇ। ਤੁਸੀਂ ਸਹਿਯੋਗ ਦਿਓ, ਗੌਰਮੈਂਟ ਤੁਹਾਡੇ ਨਾਲ ਖੜੂਗੀ, ਤੁਹਾਡੀ ਆਪਦੀ ਗੌਰਮੈਂਟ ਹੈ, ਮੋਢਾ ਫੜ ਕੇ ਰੋਕ ਲਿਓ ਜੇ ਗਲਤ ਹੋਵਾਂਗੇ ਤਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇੱਥੋਂ ਬਹੁਤ ਕੁਝ ਸਿੱਖ ਕੇ ਜਾਓਗੇ ਤੇ ਸਾਡੇ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਬਹੁਤ ਕੁਝ ਸਿਖਾ ਕੇ ਵੀ ਜਾਓਗੇ ਕਿ ਐਂ ਨੀ ਹੁੰਦਾ ਜੀ, ਐਂ ਹੁੰਦਾ, ਪ੍ਰੈਕਟੀਕਲ ਤੇ ਥਿਊਰੀ ਦਾ ਫਰਕ ਹੈ। ਸੋ ਆ ਨਾਮ ਉਹ ਲਿਖ ਕੇ ਹਾਂਜੀ ਏਦਾਂ ਸਾਰਾ ਤੁਹਾਡੇ ਤੋਂ ਭਰਾ ਲਾਂਗੇ। ਤੁਸੀਂ ਆਪਦਾ ਦੱਸ ਦੋ ਵੀ ਬਾਗਾਂ ਲਈ ਸਬਜ਼ੀਆਂ ਲਈ 100% ਨਹਿਰੀ ਪਾਣੀ ਦਿੱਤਾ ਜਾਵੇ ਇਹਨਾਂ ਲਿਖਿਆ, ਹੈ ਨਾ, ਤੇ ਸਪ੍ਰਿੰਕਲਰ ਤੇ ਡ੍ਰਿਪ
इजराइल वर्गे देशों इजराइल मीटिंग हुई है उहदे नाल बहुत ज्यादा पानी की जिहड़ी खपत है धरती वाली घट जाती है ठीक है ना। तो लेटेस्ट जिहड़े तरीके होणगे जो दुनिया दे विच लेटेस्ट तरीके ने खेती करन दे खान पीन का प्रबंध है ਤੁਸੀਂ ਨਾਲ ਮੰਨਣਾ ਪੈਗੀ ਅਸੀਂ ਮਾਫੀ ਚਾਹੁੰਦੇ ਕਿਉਂਕਿ ਅਸੀਂ ਤਾਂ ਸੋਚਿਆ ਸੀ 5,000 ਕਿਸਾਨ ਆ ਜਾਣਗੇ ਪਰ ਸਾਨੂੰ ਪਤਾ ਲੱਗਿਆ 13,000-14,000 ਦੀ ਤਾਂ ਐਂਟਰੀ ਹੋ ਗਈ। ਸੋ ਇਹ ਇਹ ਤੁਹਾਡਾ ਪਿਆਰ ਤੇ ਵਿਸ਼ਵਾਸ ਹੈ ਕਿ ਤੁਸੀਂ ਅਸਲ ਚ ਨਾ ਤੁਸੀਂ ਲੋਕ ਨਾ ਇਹਨਾਂ ਨੇ ਸਰਕਾਰਾਂ ਨੇ ਤਰਸਾਏ ਪਏ ਨੇ ਵੀ ਸਾਨੂੰ ਕੋਈ ਮਿਲਤਾ ਲਓ ਸਾਡੇ ਨਾਲ ਗੱਲ ਤਾਂ ਕਰ ਲਓ ਖੇਤੀ ਕਰਨੀ ਸਾਨੂੰ ਪੁੱਛ ਤਾਂ ਲਓ ਕਿਹੜੀ ਸਪਰੇ ਕਰੀਏ ਸਾਨੂੰ ਦੱਸ ਤਾਂ ਦਿਓ ਕਿਹੜਾ ਬੀ ਬੀਜੀਏ ਸਾਨੂੰ ਦੱਸਤਾ ਦਿਓ ਕਿੱਥੋਂ ਮਿਲਦਾ ਇਹ ਆਪਦੇ ਆਪ ਹੀ ਚੱਲਦਾ ਸਾਰਾ ਕੁਛ ਕਿਸਮਤ ਦੇ ਸਾਰੇ ਜੋ ਗੁਆਂਢੀ ਨੇ ਬੀਜਤਾ ਆਪਾਂ ਬੀਜਤਾ ਜੋ ਉਹਨੇ ਸਪਰੇ ਕਰਤੀ ਆਪਾਂ ਕਰਤੀ ਇਹ ਕੰਮ ਹੁਣ ਬਣਦਾ। ਹੁਣ ਆਹ ਯੂਨੀਵਰਸਿਟੀ ਜਿਹੜੀ ਹੈ ਤੁਹਾਡੀ ਜਿਹੜੀ ਹੈ ਖੇਤੀਬਾੜੀ ਯੂਨੀਵਰਸਿਟੀ ਇਹ ਤੁਹਾਡੇ ਲਈ ਨਰਸਰੀ ਹੈ ਕੋਈ ਵੀ ਦਿੱਕਤ ਹੋਵੇ ਕਦੇ ਕੱਲ ਨੂੰ ਪਰਸੋਂ ਨੂੰ ਚੌਥੇ ਨੂੰ ਕੋਈ ਫਸਲ ਦਾ ਕੋਈ ਤੁਹਾਨੂੰ ਲੱਗਦਾ ਕੋਈ ਪੱਤਾ ਪੀਲਾ ਹੁੰਦਾ ਜਾਂਦਾ ਪੱਤਾ ਕਾਲਾ ਹੁੰਦਾ ਜਾਂਦਾ ਇੱਥੇ ਲਿਆਓ ਇੱਥੋਂ ਨਾਲ ਤੁਹਾਡੇ ਅਫਸਰ ਜਾਣਗੇ ਉਹ ਇਹ ਕੀ ਹੋ ਰਿਹਾ ਤੇ ਇਹਨੂੰ ਉੱਥੇ ਰੋਕੀਏ ਪਹਿਲੀ ਸਟੇਜ ਤੇ ਇਹੀ ਮੇਰਾ ਜਿਹੜਾ ਅੱਜ ਦੇ ਆਉਣਾ ਮੈਂ ਤੁਸੀਂ ਉਮੀਦ ਹੈ ਕਿ ਕੱਲਾ ਕੱਲਾ ਜਾਣਾ ਆਪਣਾ ਸੁਝਾਅ ਲਿਖ ਕੇ ਜਾਇਓ ਤੁਹਾਨੂੰ ਫਿਰ ਅਸੀਂ ਸਰਕਾਰ ਵੱਲੋਂ ਫੋਨ ਕਰਕੇ ਤੁਹਾਨੂੰ ਸਪੈਸ਼ਲਿਸਟ ਦੱਸਣਗੇ ਤੇ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਜਿਹੜਾ ਹੱਲ ਕਰ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹਨੇ ਬਾਗਬਾਨ ਬੀ ਰਿਹਾ ਇੱਕ ਤਾਂ ਅਸੀਂ ਸਰਟੀਫਾਈਡ ਜਿਹੜੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਦਰਮਿਆਨ ਪਹੁੰਚ ਗਏ ਤੁਹਾਡੇ ਸੁਝਾਅ ਵੀ ਲੈਣਗੇ ਆਪਣੇ ਵਿਚਾਰ ਵੀ ਦੇਣਗੇ। ਮਾਨ ਸਾਹਿਬ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਛੋਟੇ ਜਿਹੇ ਸੱਦੇ ਦੇ ਤੁਸੀਂ ਇੱਥੇ ਪਹੁੰਚੇ ਪਹਿਲਾਂ ਉਤਪਾਦਕਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੇ ਖੁਦ ਵੀ ਅਸੀਂ ਗੰਨਾ ਬੀਜਦੇ ਰਹੇ ਹਾਂ ਪਾਰਲੀਮੈਂਟ ਚ ਵੀ ਮੈਂ ਗੰਨਾ ਉਤਪਾਦਕਾਂ ਦੇ ਹੱਕ ਚ ਬਹੁਤ ਵਾਰੀ ਬੋਲਿਆ ਤੇ ਅੰਦਰਲੀਆਂ ਸਮੱਸਿਆਵਾਂ ਵੀ ਜੋ ਸਰਕਾਰ ਚਾਹੇ ਦੇਖੀਏ ਵੀ ਕਾਰਨ ਕੀ ਹੈ ਕਾਰਨ ਬਹੁਤ ਛੋਟੇ ਛੋਟੇ ਸੀ ਪਰ ਉਹ ਹੱਲ ਕੀਤੇ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਨੇ 294 ਕਰੋੜ ਜਿਹੜਾ ਗੰਨਾ ਉਤਪਾਦਕਾਂ ਦੇਣਾ ਸੀ ਉਹ ਅਸੀਂ ਦੇਤਾ ਕਿ ਆਪਾਂ ਪੰਜਾਬ ਸਰਕਾਰ ਨੇ ਹੁਣ ਗੰਨਾ ਉਤਪਾਦਕਾਂ ਨੇ 1 ਰੁਪਿਆ ਵੀ ਦੇਣਾ ਪਰ ਮਿੱਲਾਂ ਨੇ ਦੇਣਾ ਮਿੱਲਾਂ ਵੀ ਉਹ ਨੇ ਉਹਨਾਂ ਨਾਲ ਗੱਲ ਚੱਲ ਰਹੀ ਹੈ ਵੀ ਜਾਂ ਤਾਂ ਅਸੀਂ ਤੁਹਾਨੂੰ ਅਸੀਂ ਜ਼ਬਤ ਕਰਾਂਗੇ ਜ਼ਮੀਨ ਵੇਚਾਂਗੇ ਤੁਹਾਡੀ ਜਾਂ ਖੰਡ ਜਿੰਨੀ ਪਈ ਆ ਅੰਦਰ ਉਹ ਵੇਚਾਂਗੇ ਜਾਂ ਸਾਡਾ ਪੈਸੇ ਦਿਓ ਕਿਸਾਨਾਂ ਤੇ ਮੈਂ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੋਊਗਾ ਉੱਥੇ ਪਾਰਲੀਮੈਂਟ ਚ ਵੀ ਜਦੋਂ ਮੈਂ ਕਿਹਾ ਸੀਗਾ ਗੰਨਾ 1 ਸਾਲ ਦੀ 1 ਫਸਲ ਹੈ ਜੇ ਉਹ ਵੀ ਖਰਾਬ ਹੋ ਗਈ ਸਮਝ ਲਓ ਜ਼ਮੀਨ ਹੀ ਹੈ ਨਹੀਂ ਇੰਨੀ ਜ਼ਮੀਨ ਹੈ ਨਹੀਂ ਜਿੰਨੀ ਗੰਨੇ ਚ ਲੈ ਤੀ ਕਿਉਂਕਿ ਉਹ ਚੋਂ 1 ਰੁਪਿਆ ਵੀ ਨਹੀਂ ਆਇਆ ਉੱਥੋਂ ਤਾਂ ਸੋ ਇਸ ਕਰਕੇ ਆਪਣੀ 2.25 ਲੱਖ ਹੈਕਟੇਅਰ ਗੰਨਾ ਜੇ ਬੀਜਿਆ ਜਾਵੇ ਤਾਂ ਆਪਣੀਆਂ ਮਿੱਲਾਂ ਦੀ ਇੰਨੀ ਕਪੈਸਿਟੀ ਹੈ ਪਰ 2.25 ਲੱਖ ਬੀਜਿਆ ਜਾਂਦਾ 1 ਲੱਖ ਘੱਟ ਹੈ ਕਾਰਨ ਟਰਾਲੀਆਂ ਦੀਆਂ ਲਾਈਨਾਂ ਲੱਗ ਗਈਆਂ ਪਰਚੀ ਸਿਸਟਮ ਚੱਲਦਾ ਉਹਦੇ ਕਰਕੇ ਲੱਗਦਾ ਕਿਉਂ ਪੰਗਾ ਲੈਣਾ ਜਾਂ ਝੋਨਾ ਹੀ ਲਾ ਲੈਂਦੇ ਜੀਰੀ ਲਾ ਲੈਂਦੇ ਸੋ ਇਸ ਕਰਕੇ ਅਸੀਂ ਜੀਰੀ ਨਾਲ ਫਿਰ ਉੱਥੇ ਪਾਣੀ ਵੀ ਥੱਲੇ ਜਾਊਗਾ ਸਪਰੇਆਂ ਹੋਣਗੀਆਂ ਬਿਜਲੀ ਅਸੀਂ ਤੇ ਹੱਲ ਸਾਰੇ ਦੱਸ ਕੇ ਜਾਏ
नहीं तो असि सारे कठे करके रैली करके इतने कहते बहुत वड्डा भी किसानों का मेला होया कोई मेला नहीं किस्मत छड़ी हुई है जो उन्होंने बीज लिया अपना बीज बाद जो सुंडी लगती है दोनों लगती है फिर दोनों ही बाह दें फिर वो भी बांध आप ही बाह दें फिर दोनों फिर धरने पर जाने कि जी मस्ता बात है जी हमने सो जे पहले ही ठीक कर लिया जाए कि मिर्च का केड़ा बी बासमती केड़ी बीजनी है कणक का केड़ा बी है जिहड़ा मशहूर है और खास तौर पर अपने वालों पंजाब वालों इस वालों पंजाब बहुत किस्मत वाला है कि साडे कोल जिहड़े बीसी साहब ने यह मन्ने परमन्ने साइंटिस्ट ने बीजा दे अमरीका फ्रांस उत्थे रह के पढ़ के भी आए ने पढ़ा के भी आए ने तो उन्होंने यूनिवर्सिटियां कहंदियां ने साडे बीसी बन जाओ सो असीं इन्हां नूं बीसी लाया एक ग्राउंड वालियां गल्लां जाणदे ने होर वाले टोए चो निकले हुए ने सो इस करके कला अज नहीं जो भी दिल करे इत सुझा देने मैं कोई कीड़ा लग गया जा कहीं नहीं रस नहीं भर जा कुछ होर तुम इथे ले आओ अफसर थोड़े नाल जाएंगे थोड़ा सारा समस्या का हल होगा अस चाहे सारे आपस च आई कॉन्टेक्ट हो सरकार नाल ते किसानां दी आपस च अखां नाल मेल पहला कदे होया इसे करके सानू पहली लिखना पिया पहली सरकार किसान मेल पहला कदे मिले हुए सरकार नेड़े नहीं आउंदी धरने दे जाओ सड़कां ते उत्थे कहंदे ने उत्थे भी कोई आ जांदा चलो फड़ लो मंग पत्र कर दांगे जी कर दांगे कोई गल नहीं करनी आपां समस्या आउणी ना देईए अपन को कोई चा है कोई शौक है धरने लाने का या फोटो खिचाने का शौक है तो इस करके मैं इस गलों फैसला है पंजाब सरकार वालों लिया कि हर किसम का स्टॉल लगे मैं आलू आने को होके आया मैं फ्रूट आने को होके आया थोड़े को आया पांच छह स्टॉल अजे होर ने सारे को जाऊंगा बासमती आने को भी जाऊंगा कपाल को जाऊंगा नरमे आने को चिमटी सूबी बार कोड लग्या होया बकायदा एक नंबर लग्या होया उस नंबर मोबाइल च पाओगे तो पता लग जूगा की हां यूनिवर्सिटी दी है 33% उते सब्सिडी दी जाए सरकार वो बीज के देखो फसल भी वधिया होगी कीड़ा रहत सुंडी रहत दो हजार अठारह उन्नीस अज तक आके किसी ना का मुठ से थापी दिखी है ना मन के चल अच्छा किसी पुछे
ਉਹਨੂੰ ਨੋਟਿਸ ਦਿੱਤਾ ਹੋਇਆ ਕਿ ਤੂੰ ਇੰਨਾ ਦੀ ਕੀਮਤ ਹੈ, ਜੇ ਤਾਂ ਤੂੰ ਪੈਸੇ ਦੇਣੇ ਤਾਂ ਠੀਕ ਹੈ, ਨਹੀਂ ਅਸੀਂ ਸਰਕਾਰ ਜਿਹੜੀ ਉਹਨੂੰ ਓਵਰਟੇਕ। ਲੇਕਿਨ ਜਿਹੜੇ 10 ਇੰਡਸਟਰੀ ਆ ਰਹੇ ਨੇ ਤੁਹਾਨੂੰ ਸਿਰ ਪਤਾ ਵੀ ਹੋਵੇ ਪੰਜਾਬ ਦੇ ਖੰਡ ਮਿਲਦਾ ਉਹਨੂੰ ਕਰਦੇ ਜਾਓ। ਹਾਂਜੀ ਉਹ ਮੈਂ ਤਾਂ ਟੂਟ ਦਾ ਨੰਬਰ ਵੀ ਦੇਣਾ ਪਹਿਲਾਂ ਕਾਲੋ ਸਾਹਿਬ ਨੇ ਕਨੈਕਟ ਕਰਿਆ ਪੁਰਾਣੀ ਸਰਕਾਰ ਚ, ਉਹਨਾਂ ਦੀ ਸੁਣੀ ਨਹੀਂ ਗਈ। ਉਹ ਕਹਿੰਦੇ ਸੀ ਕਿ 1 ਲੱਖ ਕੈਪੈਸਿਟੀ ਦੀਆਂ ਮਿੱਲਾਂ ਲਾ ਸਕਦੇ ਨੇ 10। ਹਾਂਜੀ ਆਉਂ ਆ ਰਹੀਆਂ दो चार दिन टेंडर होके उथे रोली कुटने चलन लगे। ताना बहुत उलझा जे तुसी बूटा दे पीते एक बार गंढ दे के चार दिन ना खोलो ना उन्हे चाकू पाके खोलना पैंदा ते मैं 70 साल पुरानी दित्ती होई गंढ खोलन लग्या बिजली फ्री नहीं हो सकती आ जीरो बिल। सो मैं थोड़ा टाइम दो, कई लीगल पंगे भी ने कोर्टा च केस कर रखे ने कि सानू इन्हें देनी पैनी जी थो इन्होंने पुराने एग्रीमेंट किए हुए उन्होंने कि चलाओ चाहे ना चलाओ इन्हें देनी पैने लिखा दो गन्ने का रकबा बधाना है वो बधूगा तां जे तुसीं जिहड़े हैगे हो उन्हां नूं छोटा जिहा सवाल आ। मैं गुड़ दा काम करदा, जिन्ने बेल ने रोड ते प्रवासियां दे लगे होंदे जहर फड़ा रहे ने लोकां नूं उन्हां ते जरूर मेहर करो लिखा मेला लिखा। ਮਾਨਸਾਹ ਤੇਰੇ ਨੇ ਤੇਰਾ ਜੀ ਕਰ ਲਿਆ ਇਲੈਕਸ਼ਨ ਆ ਗਈ।